ਬੀਤੀ ਦਿਨੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਨਿਸ਼ਾਨ ਸਾਹਿਬ ਪੁੱਟਣ ਬਾਰੇ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਪਰ ਨਿਸ਼ਾਨ ਸਾਹਿਬ ਤਾਲਿਬਾਨ ਵੱਲੋਂ ਨਹੀਂ ਲਾਇਆ ਗਿਆ ਅਸਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੇ ਸੇਵਾਦਾਰ ਨਹੀਂ ਜੋ ਕਿ ਸਥਾਨਕ ਮੁਸਲਮਾਨ ਹੈ ਉਸਨੇ ਨਿਸ਼ਾਨ ਸਾਹਿਬ ਉਤਾਰ ਕੇ ਦਰਖਤ ਦੇ ਨਾਲ ਲਾ ਦਿੱਤਾ ਕਿ ਅਫਗਾਨਿਸਤਾਨ ਦੇ ਹਾਲਾਤ ਖਰਾਬ ਹਨ ਕੋਈ ਬੇਅਦਬੀ ਨਾ ਕਰ ਜਾਵੇ ਪਰ ਉੱਥੋਂ ਦੇ ਸਿੱਖ MP ਨਰਿੰਦਰ ਸਿੰਘ ਨੇ ਵਾਪਸ ਲਗਵਾ ਦਿੱਤਾ ਤੇ ਸੇਵਾਦਾਰਾਂ ਨੂੰ ਆਖਿਆ ਕਿ ਜੇ ਕੋਈ ਤਾਲਿਬਾਨ ਦੇ ਨਾਮ ਤੇ ਇਹ ਉਤਾਰ ਲਈ ਆਖੇਗਾ ਤਾਂ ਮੇਰੇ ਨਾਲ ਗੱਲ ਕਰਵਾ ਦਿਓ ਪਰ ਇਹ ਨੌਬਤ ਨਹੀਂ ਆਵੇਗੀ استاد بیرو مو تنه وای کړو د تو ملګوالو نور تو سه پویشا کور مو پویشا چې هر چې مکړلو سره وبې کړو مقصد مونږ غا بیرو جنډال مو پسې در تنه یا کړه کو سما په ولګوالا د بیرو شو سید ادا متولی غوالو ਬੀਤੀ ਦਿਨੀ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦੇ ਨਿਸ਼ਾਨ ਸਾਹਿਬ ਪੁੱਟਣ ਬਾਰੇ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਪਰ ਨਿਸ਼ਾਨ ਸਾਹਿਬ ਤਾਲਿਬਾਨ ਵੱਲੋਂ ਨਹੀਂ ਲਾਇਆ ਗਿਆ ਅਸਲ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੇ ਸੇਵਾਦਾਰ ਨਹੀਂ ਜੋ ਕਿ ਸਥਾਨਕ ਮੁਸਲਮਾਨ ਹੈ ਉਸਨੇ ਨਿਸ਼ਾਨ ਸਾਹਿਬ ਉਤਾਰ ਕੇ ਦਰਖਤ ਦੇ ਨਾਲ ਲਾ ਦਿੱਤਾ ਕਿ ਅਫਗਾਨਿਸਤਾਨ ਦੇ ਹਾਲਾਤ ਖਰਾਬ ਹਨ ਕੋਈ ਬੇਅਦਬੀ ਨਾ ਕਰ ਜਾਵੇ ਪਰ ਉੱਥੋਂ ਦੇ ਸਿੱਖ MP ਨਰਿੰਦਰ ਸਿੰਘ ਨੇ ਵਾਪਸ ਲਗਵਾ ਦਿੱਤਾ ਤੇ ਸੇਵਾਦਾਰਾਂ ਨੂੰ ਆਖਿਆ ਕਿ ਜੇ ਕੋਈ ਤਾਲਿਬਾਨ ਦੇ ਨਾਮ ਤੇ ਇਹ ਉਤਾਰ ਲਈ ਆਖੇਗਾ ਤਾਂ ਮੇਰੇ ਨਾਲ ਗੱਲ ਕਰਵਾ ਦਿਓ ਪਰ ਇਹ ਨੌਬਤ ਨਹੀਂ ਆਵੇਗੀ استاد بیرو مو تنه وای کړو د تو ملګوالو نور تو سه پویشا کور مو پویشا چې هر چې مکړلو سره وبې کړو مقصد مونږ غا بیرو جنډال مو پسې در تنه یا کړه کو سما په ولګوالا د بیرو شو سید ادا متولی غوالو